ਸਤਿ ਸ਼੍ਰੀ ਅਕਾਲ ਮੈਂ ਰਿਆਂਤੀ ਮਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਗੱਲ ਕਰਾਂਗੇ ਰਾਜਪੁਰਾ ਦੀ ਰਾਜਪੁਰਾ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਜੁੱਤੇ ਅਤੇ ਸਿਰ ਤੋਂ ਨੰਗੇ ਹੋ ਕੇ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰੀ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਇਸ ਦੀ ਇਤਰਾਜ਼ ਜਤਾਇਆ ਜਾਂਦਾ ਤੇ ਉਸ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਅਤੇ ਕਿਹਾ ਜਾ ਰਿਹਾ ਕਿ ਨੌਜਵਾਨ ਦੀ ਬੁਰੀ ਤਰੀਕੇ ਦੇ ਨਾਲ ਕੁੱਟਵਾਰ ਵੀ ਕੀਤੀ ਗਈ ਹੈ ਪਹਿਲੇ ਗੱਲ ਬਾਤਾਂ ਕਰੋ ਸਾਨੂੰ ਮੈਨੂੰ ਥਾਣੇ ਨਹੀਂ ਜਾਣ ਦਿੱਤਾ ਮੇਰੇ ਹਸਬੰਡ ਨੂੰ ਅੰਦਰ ਰੱਖਿਆ ਹੋਇਆ ਉਹਨਾਂ ਨੇ अंदर नहीं जानते रहे थाने च उन्होंने मैं दिखाया भी नहीं भी मेरा बेटा है किस सिचुएशन च ऐसी सट्टा लगी हुई है जे मैं ना पहुंचती ना उन्होंने मार देना सी कह रहे सी जे असि ना पहुंचते ना मैं मौके ते मैं चाचा जी ने फोन किया साडे फौजी साहब चाचा जी हैं वो आ गए ते जे वो ना पहुंचते ते वो कह रहे कहंदे उन्होंने मार देना सी सरकार तो की चाहुंदे हो इंसाफ चाहिदा है मैनू जे मेरे बेटे नू कल नू कुछ हो गया ना या तो मैं मर जांगी या फिर मैं एक्शन लवांगी पूरा जे मेरे बेटे नु कल कुछ हो गया था या तो तुसी जान तो मार दो मैनू ही मार दो उन्हें ही मार दो जे तुहाडा इही है ना भी हाँ मसले का हल ही है कि जान तो मारना तुसी पहले इंक्वायरी करो जदों मैं उत्थे पहुंच गई जे मैनू कोई इह गल पता होंदी मैं उत्थे जांदी नहीं ना मेरे हसबेंड पहुंच गए मैं पहुंच गई मेरी फैमिली दे 10 मैंबर पहुंच गए फिर तुसी सानू धक्के मार के बाहर कढ रहे हो साडे तां आध्यात्मिक विचारे तां नहीं हुंदा इस तरह दा तां कोई ओ नहीं है या तो तुसी उन्हें उन्हें बारे माड़ा मोटा पता तो करो फिर मैंने भी धक्के मार के बाहर कढ़ रहे ये जेडे गुरुद्वारा साहब घटना वापरी सी थोड़े की लगते हैं बेटा मेरा की नाम उन्हों का साहिल कुमार तो ये की घटना वापरी हैगी गुरुद्वारे शुरू तो ही हमेशा ही जाता है गुरुद्वारे हूँ इनकी चलती है थोड़ी जी प्रॉब्लम डिप्रैशन है तो यह सुनता नहीं है गल किसी की भी तो फिर अज सवेरे गुरुद्वारे गया है शूज पा के गया फिर मेरे को उनकी रिपोर्ट है उनका इलाज चल रहा है पटियाला अंशुमन हॉस्पिटल डॉक्टर अंशुमन मित्तल हॉस्पिटल है कोई भी उनको पूछ सकता है उनका इलाज जब उन्होंने प्रॉब्लम होती है किसी की भी गल सुनता नहीं है वो अपनी मन मर्जी करता है अपनी फर्म बनाई हुई पहले जॉब करता जॉब छोड़ती है ਤੇ ਪੀਪਲ ਫੋਟੋ ਦੇ ਨਾਮ ਤੋਂ ਤੁਸੀਂ ਉਹ ਵੀ ਸਰਚ ਕਰਕੇ ਦੇਖ ਸਕਦੇ ਹੋ ਪੀਪਲ ਫੋਟੋ ਦੇ ਨਾਮ ਤੋਂ ਇਹਨੇ ਉਹ ਬਣਾਈ ਹੋਈ ਆ ਆਪਣੀ ਕੰਸਲਟੈਂਸੀ ਦੀ ਇਹਨੇ ਫਰਮ ਬਣਾਈ ਹੋਈ ਆ ਦੋ ਤਿੰਨ ਦਿਨਾਂ ਤੋਂ ਡਿਸਟਰਬ ਹੋ ਰਿਹਾ ਸੀ ਤਾਂ ਕੰਮ ਵੀ ਨਹੀਂ ਕਰ ਰਿਹਾ ਸੀ ਤੇ ਉਹ ਦਵਾਈ ਵੀ ਨਹੀਂ ਖਾ ਰਿਹਾ ਸੀ ਕਿੰਨੇ ਭੈਣ ਭਰਾ ਹੈਗੇ ਦੋ ਬੇਟੇ ਨੇ ਦੋਨੋਂ ਦੂਜਾ ਬੇਟਾ ਕੀ ਕਰਦੇ ਹਾਂਜੀ ਦੂਸਰਾ ਬੇਟਾ ਕੀ ਕਰਦਾ ਦੂਸਰਾ ਬੇਟਾ ਮੇਰਾ ਇੰਜੀਨੀਅਰ ਹੈ ਦਿੱਲੀ ਜੋਬ ਕਰਦਾ ਚੱਲੇ ਆਇਆ ਉਹ ਵੀ ਆ ਰਿਹਾ ਵੀ ਆ ਰਿਹਾ ਜਦੋਂ ਉਹ ਹੁੰਦਾ ਸੀ ਉਹ ਜ਼ਬਰਦਸਤੀ ਦਵਾਈ ਖਿਲਾ ਦਿੰਦਾ ਸੀ ਉਹ ਹੁਣ ਵੀ ਟ੍ਰਾਂਸਫਰ ਹੋ ਗਈ ਉਹ ਦਿੱਲੀ ਚਲਾ ਗਿਆ ਤਾਂ ਮੇਰੀ ਇਹ ਗੱਲ ਸੁਣਨਾ ਨਹੀਂ ਸੀਗਾ ਇਹਨਾਂ ਦੇ ਪਿਤਾ ਜੀ ਕੀ ਕਰਦੇ जो मर्जी करो मेरे पुत्र तो मारो ना हो मेंटली अपसेट है इस टाइम ओनू कुछ नहीं पता लग रहा अध मरा करता मेरे बेटे हम मैं कहते डरे ना मैं बैठी हाँ मैंने भी मार दे अस शहीद हो जाएंगे बस ਮੈਨੂੰ ਮਾਰ ਦੇਣਾ ਫਿਰ ਇਹਨਾਂ ਦਾ ਇਹੀ ਰੂਲ ਹੈ ਨਾ ਉਹ ਮੇਰਾ ਪੁੱਤਰ ਇੰਨਾ ਸਾਊ ਹੈ ਨਾ ਇੰਨਾ ਸਾਊ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਉੱਚੀ ਆਵਾਜ਼ 'ਚ ਗੱਲ ਨਿਕਲਦਾ ਉਹ ਮੰਮੀ ਜੀ ਤੋਂ ਸਵਾਏ ਬੋਲਦਾ ਨਹੀਂ ਜਦੋਂ ਉਹਨੂੰ ਪ੍ਰੋਬਲਮ ਹੋ ਜਾਂਦੀ ਹੈ ਨਾ ਫਿਰ ਉਹਨੂੰ ਪਤਾ ਨਹੀਂ ਲੱਗਦਾ ਉਹ ਹਮੇਸ਼ਾ ਤੋਂ ਗੁਰਦੁਆਰੇ ਜਾਂਦਾ ਹਮੇਸ਼ਾ ਤੋਂ ਮੇਰੇ ਛੋਟੇ ਬੇਟੇ ਦੀ ਸ਼ਾਦੀ ਹੋਈ ਹੈ ਅਸੀਂ ਇੱਥੇ ਗੁਰਦੁਆਰੇ ਲੈ ਕੇ ਗਏ ਸੀ ਉਦੋਂ ਜਦੋਂ ਵੀ ਉਹਨੂੰ ਦਿੱਕਤ ਆਉਂਦੀ ਉਹ ਗੁਰਦੁਆਰੇ ਜਾਂਦਾ ਅੱਜ ਉਹਨੂੰ ਸਿਰਫ ਇਹ ਪਤਾ ਨਹੀਂ ਲੱਗਿਆ ਕਿ ਮੈਂ ਸ਼ੂਜ਼ ਪਾਏ ਹੋਏ ਆ ਕਿ ਨਹੀਂ ਪਾਏ ਸਿਰਫ ਉਹਨਾਂ ਨੂੰ ਪਤਾ ਲੱਗਦਾ ਸਿਰਫ ਇੰਨਾ ਕਸੂਰ ਸੀ ਕਿ ਉਹਨੇ ਸ਼ੂਜ਼ ਪਾਏ ਹੋਏ ਸੀ ਉਹਨਾਂ ਨੇ ਆਤੰਕਵਾਦੀ ਜੀ ਉਹਨਾਂ ਨੇ ਮਾਲਾ ਚੜ੍ਹਾਉਣਾ ਆਤੰਕਵਾਦੀ ਮਾਂ ਆ ਉਹ ਸਾਹਮਣੇ ਆਈ ਆ ਉਸਨੇ ਕਿਹਾ ਕਿ ਮੇਰਾ ਪੁੱਤਰ ਹੈ ਉਹ ਬੇਕਸੂਰ ਹੈ ਅਤੇ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਅਤੇ ਉਸ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿ ਉਹ ਕੀ ਕਰ ਰਿਹਾ ਉਸਨੇ ਕਿਹਾ ਕਿ ਉਸਦੀ ਜੋ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਹੈ ਉਹ ਬੇਹੱਦ ਨਿੰਦਣਯੋਗ ਹੈ ਉਹਨਾਂ ਕਿਹਾ ਕਿ ਮੇਰੇ ਪੁੱਤਰ ਦੀਆਂ ਦਵਾਈਆਂ ਵੀ ਚੱਲ ਰਹੀਆਂ ਨੇ ਅਤੇ ਉਸਦੀ ਮਾਂ ਦੇ ਵੱਲੋਂ ਕੁਝ ਜਿਹੜੇ ਕਿ ਦਵਾਈਆਂ ਦੀ ਅਤੇ ਉਸ ਨੌਜਵਾਨ ਦੇ ਟ੍ਰੀਟਮੈਂਟ ਦੀ ਸਲਿੱਪਾਂ ਵੀ ਦਿਖਾਈਆਂ ਕਿ ਉਸਦਾ ਵੱਖ ਵੱਖ ਡਾਕਟਰਾਂ ਤੋਂ ਇਲਾਜ ਚੱਲ ਰਿਹਾ ਅਤੇ ਉਸਦਾ ਇੱਕ ਪੁੱਤਰ ਜਿਹੜੇ ਕਿ ਬਾਹਰ ਜੋਬ ਕਰ ਰਿਹਾ ਅਤੇ ਉਸਦਾ ਜਿਹੜਾ ਪਤੀ ਹੈ ਉਹ ਵੀ ਜੋਬ ਕਰਦਾ ਉਸਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਜਦੋਂ ਉਸਦਾ ਨੌਜਵਾਨ ਜਿਸ ਨੂੰ ਕਿ ਕੁਝ ਵੀ ਨਹੀਂ ਪਤਾ ਸੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਚਲਾ ਜਾਂਦਾ ਅਤੇ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ
ਉਹਦੀ ਮਾਂ ਨੇ ਮੰਗ ਕੀਤੀ ਹੈ ਕਿ ਉਸਦਾ ਪੁੱਤਰ ਬੇਕਸੂਰ ਆ ਅਤੇ ਉਸਨੂੰ ਛੱਡਿਆ ਜਾਵੇ। ਉਹਨਾਂ ਕਿਹਾ ਕਿ ਜੇਕਰ ਮੇਰੇ ਪੁੱਤਰ ਨੂੰ ਕੁਝ ਵੀ ਹੋਇਆ ਤਾਂ ਜਾਂ ਤਾਂ ਉਹ ਖੁਦ ਆਤਮ ਹੱਤਿਆ ਕਰ ਲਵੇਗੀ ਜਾਂ ਫਿਰ ਇਸ 'ਤੇ ਐਕਸ਼ਨ ਲਿਆ ਜਾਵੇਗਾ। ਉਹਨਾਂ ਕਿਹਾ ਕਿ ਮੇਰੇ ਪੁੱਤਰ ਨੂੰ ਮਾਫ਼ ਕੀਤਾ ਜਾਵੇ, ਉਸਦਾ ਕੋਈ ਵੀ ਕਸੂਰ ਨਹੀਂ ਆ। ਸੋ ਦੱਸਦੇ ਕਿ ਰਾਜਪੁਰਾ ਦੇ ਸਿੰਘ ਸਭਾ ਦੇ ਵਿੱਚ, ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਨੌਜਵਾਨ ਨੰਗੇ ਸਿਰ ਚਲਾ ਜਾਂਦਾ ਹੈ ਅਤੇ ਉਹਦੇ ਪੈਰਾਂ ਦੇ ਵਿੱਚ ਜੁੱਤੇ ਵੀ ਪਾਏ ਹੁੰਦੇ ਨੇ, ਜਿਸ ਨੂੰ ਲੈ ਕੇ ਸੇਵਾਦਾਰ ਦੇ ਵੱਲੋਂ ਇਤਰਾਜ਼ ਜਤਾਇਆ ਜਾਂਦਾ ਅਤੇ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਜਾਂਦਾ। ਹਾਲਾਂਕਿ ਉਸ ਨੌਜਵਾਨ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ, ਜਿਹਦੇ ਚੱਲਦੇ ਇਸੇ ਇਤਰਾਜ਼ ਜਤਾਇਆ ਗਿਆ ਅਤੇ ਉਸਦੀ ਮਾਂ ਨੇ ਖੁਲਾਸੇ ਕੀਤੇ ਨੇ ਕਿ ਜਿਹੜਾ ਉਸਦਾ ਪੁੱਤਰ ਹੈ ਉਹ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ, ਜਿਸ ਕਰਕੇ ਉਸ ਨੂੰ ਨਹੀਂ ਪਤਾ ਲੱਗਿਆ ਕਿ ਉਹ ਕੀ ਕਰ ਰਿਹਾ। ਅਸੀਂ ਕਈ ਵਾਰ ਉਸਨੂੰ ਸਮਝਾਉਂਦੇ ਵੀ ਹਾਂ ਅਤੇ ਉਸਦੀ ਦਵਾਈ ਵੀ ਚੱਲ ਰਹੀ ਹੈ ਅਤੇ ਕਈ ਵਾਰ ਤਾਂ ਉਹ ਦਵਾਈ ਵੀ ਨਹੀਂ ਲੈਂਦਾ, ਜਿਹਦੇ ਕਰਕੇ ਉਹਨੇ ਕਿਹਾ ਕਿ ਮੇਰੇ ਪੁੱਤਰ ਨੂੰ ਮਾਫ਼ ਕੀਤਾ ਜਾਵੇ। ਬਿਊਰੋ ਸਤਿ ਸ਼੍ਰੀ ਅਕਾਲ, ਮੈਂ ਰਿਆਂਤੀ ਭਾਂ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ। ਗੱਲ ਕਰਾਂਗੇ ਰਾਜਪੁਰਾ ਦੀ, ਰਾਜਪੁਰਾ ਦੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਨੌਜਵਾਨ ਦੇ ਵੱਲੋਂ ਜੁੱਤੇ ਅਤੇ ਸਿਰ ਤੋਂ ਨੰਗੇ ਹੋ ਕੇ ਜਿਹੜਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰੀ ਕਰ ਦਿੱਤੀ ਜਾਂਦੀ ਹੈ, ਜਿਸ ਤੋਂ ਬਾਅਦ ਇਸ ਇਤਰਾਜ਼ ਜਤਾਇਆ ਜਾਂਦਾ ਅਤੇ ਉਸ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਅਤੇ ਕਿਹਾ ਜਾ ਰਿਹਾ ਕਿ ਨੌਜਵਾਨ ਦੀ ਬੁਰੀ ਤਰੀਕੇ ਦੇ ਨਾਲ ਕੁੱਟਮਾਰ ਵੀ ਕੀਤੀ ਗਈ ਹੈ, ਜਿਸ ਤੋਂ ਬਾਅਦ ਉਸ ਨੌਜਵਾਨ ਦੀ ਜਿਹੜੀ ਮਾਂ ਆ ਉਹ ਸਾਹਮਣੇ ਆਈ ਆ। ਉਸਨੇ ਕਿਹਾ ਕਿ ਮੇਰਾ ਪੁੱਤਰ ਹੈ ਉਹ ਬੇਕਸੂਰ ਹੈ ਅਤੇ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿੰਦਾ ਅਤੇ ਉਸਨੂੰ ਕੁਝ ਵੀ ਪਤਾ ਨਹੀਂ ਲੱਗਦਾ ਕਿ ਉਹ ਕੀ ਕਰ ਰਿਹਾ। ਉਸਨੇ ਕਿਹਾ ਕਿ ਉਸਦੀ ਜੋ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਹੈ ਉਹ ਬੇਹੱਦ ਨਿੰਦਣਯੋਗ ਆ। ਉਹਨਾਂ ਕਿਹਾ ਕਿ ਮੇਰੇ ਪੁੱਤਰ ਦੀਆਂ ਦਵਾਈਆਂ ਵੀ ਚੱਲ ਰਹੇ ਨੇ ਅਤੇ ਉਸਦੀ ਮਾਂ ਦੇ ਵੱਲੋਂ ਕੁਝ ਜਿਹੜੀਆਂ ਕਿ ਦਵਾਈਆਂ ਦੀਆਂ ਅਤੇ ਉਸ ਨੌਜਵਾਨ ਦੇ ਟ੍ਰੀਟਮੈਂਟ ਦੀ ਸਲਿੱਪਾਂ ਵੀ ਦਿਖਾਈਆਂ ਕਿ ਉਸਦਾ ਵੱਖ ਵੱਖ ਡਾਕਟਰਾਂ ਤੋਂ ਇਲਾਜ ਚੱਲ ਰਿਹਾ ਅਤੇ ਉਸਦਾ ਇੱਕ ਪੁੱਤਰ ਜਿਹੜਾ ਕਿ ਬਾਹਰ ਜੋਬ ਕਰ ਰਿਹਾ ਅਤੇ ਉਸਦਾ ਜਿਹੜਾ ਪਤੀ ਹੈ ਉਹ ਵੀ ਜੋਬ ਕਰਦਾ। ਉਸਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਜਦੋਂ ਉਸਦਾ ਨੌਜਵਾਨ ਜਿਸ ਨੂੰ ਕਿ ਕੁਛ ਵੀ ਨਹੀਂ ਪਤਾ ਸੀ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਚਲਾ ਜਾਂਦਾ ਅਤੇ ਉਸਦੀ ਕੁੱਟਮਾਰ ਕੀਤੀ ਜਾਂਦੀ ਹੈ। ਉਸਦੀ ਮਾਂ ਨੇ ਮੰਗ ਕੀਤੀ ਹੈ ਕਿ ਉਸਦਾ ਪੁੱਤਰ ਬੇਕਸੂਰ ਆ ਅਤੇ ਉਸਨੂੰ ਛੱਡਿਆ ਜਾਵੇ। ਉਹਨਾਂ ਕਿਹਾ ਕਿ ਜੇਕਰ ਮੇਰੇ ਪੁੱਤਰ ਨੂੰ ਕੁਝ ਵੀ ਹੋਇਆ ਤਾਂ ਜਾਂ ਤਾਂ ਉਹ ਖੁਦ ਆਤਮ ਹੱਤਿਆ ਕਰ ਲਵੇਗੀ ਜਾਂ ਫਿਰ ਇਸ 'ਤੇ ਐਕਸ਼ਨ ਲਿਆ ਜਾਵੇਗਾ। ਉਹਨਾਂ ਕਿਹਾ ਕਿ ਮੇਰੇ ਪੁੱਤਰ ਨੂੰ ਮਾਫ਼ ਕੀਤਾ ਜਾਵੇ, ਉਸਦਾ ਕੋਈ ਵੀ ਕਸੂਰ ਨਹੀਂ ਆ। ਸੋ ਦੱਸਦੇ ਕਿ ਰਾਜਪੁਰਾ ਦੇ ਸਿੰਘ ਸਭਾ ਦੇ ਵਿੱਚ, ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਨੌਜਵਾਨ ਨੰਗੇ ਸਿਰ ਚਲਾ ਜਾਂਦਾ ਹੈ ਅਤੇ ਉਹਦੇ ਪੈਰਾਂ ਦੇ ਵਿੱਚ ਜੁੱਤੇ ਵੀ ਪਾਏ ਹੁੰਦੇ ਨੇ, ਜਿਸ ਨੂੰ ਲੈ ਕੇ ਸੇਵਾਦਾਰ ਦੇ ਵੱਲੋਂ ਇਤਰਾਜ਼ ਜਤਾਇਆ ਜਾਂਦਾ ਅਤੇ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਜਾਂਦਾ। ਹਾਲਾਂਕਿ ਉਸ ਨੌਜਵਾਨ ਦੀ ਕੁੱਟਮਾਰ ਵੀ ਕੀਤੀ ਜਾਂਦੀ ਹੈ, ਜਿਹਦੇ ਚੱਲਦੇ ਇਸੇ ਇਤਰਾਜ਼ ਜਤਾਇਆ ਗਿਆ ਅਤੇ ਉਸਦੀ ਮਾਂ ਨੇ ਖੁਲਾਸੇ ਕੀਤੇ ਨੇ ਕਿ ਜਿਹੜਾ ਉਸਦਾ ਪੁੱਤਰ ਹੈ ਉਹ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ, ਜਿਸ ਕਰਕੇ ਉਸ ਨੂੰ ਨਹੀਂ ਪਤਾ ਲੱਗਿਆ ਕਿ ਉਹ ਕੀ ਕਰ ਰਿਹਾ। ਅਸੀਂ ਕਈ ਵਾਰ ਉਸਨੂੰ ਸਮਝਾਉਂਦੇ ਵੀ ਹਾਂ ਅਤੇ ਉਸਦੀ ਦਵਾਈ ਵੀ ਚੱਲ ਰਹੀ ਹੈ ਅਤੇ ਕਈ ਵਾਰ ਤਾਂ ਉਹ ਦਵਾਈ ਵੀ ਨਹੀਂ ਲੈਂਦਾ, ਜਿਹਦੇ ਕਰਕੇ ਉਹਨੇ ਕਿਹਾ ਕਿ ਮੇਰੇ ਪੁੱਤਰ ਨੂੰ ਮਾਫ਼ ਕੀਤਾ ਜਾਵੇ।